ਓ ਮਾਈ ਗੋਡ ਟੇਸਟ ਕਰਾ ਰਹੀ ਹੈ ਮੰਮੀ ਕਾੜ ਕਾੜ ਕੀ ਭੁੱਖ ਲੱਗਦੀ ਕਾੜ ਕਾੜ ਕੈਚ ਓ ਯਾ ਅਸਲੀ ਰਿਐਕਸ਼ਨ ਦੇਖਿਓ ਆਪਾਂ ਪਾਪਾ ਦਾ ਦੇ ਪਹਿਲਾਂ ਰੈਡੀ ਤੇ ਟੇਸਟ ਕਰਨ ਦੋ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਜੀ ਲਾਸਟ ਬਲੌਗ ਤੁਸੀਂ ਦੇਖਿਆ ਸੀ ਆਪਾਂ ਕੈਫੇ 'ਤੇ ਜਾ ਕੇ ਆਏ ਸੀਗੇ ਅਤੇ ਫਿਲਹਾਲ ਹੁਣ ਆਪਾਂ ਅੱਜ ਐਤਵਾਰ ਦਾ ਦਿਨ ਆ ਜੀ ਅਤੇ ਆਪਾਂ ਪਿੰਡ ਆਏ ਹੋਏ ਹਾਂ ਦੋਸਤੋ ਯਾਰ ਇੰਨੀ ਠੰਡ ਆ ਨਾ ਇਸ ਟਾਈਮ ਇੰਨੀ ਠੰਡ ਆ ਨਾ ਔਰ ਕਿਆ ਸਕੂਨ ਆ ਯਾਰ ਮੋਰਨਿੰਗ 'ਚ ਲੁਕੜਦੇ ਸੀ ਯਾਰ ਕਿਆ ਸਕੂਨ ਹੈ ਅਤੇ ਨਾਲ ਦੋ ਤਿੰਨ ਘਰ ਛੱਡ ਕੇ ਪਾਠ ਰਗਾਇਆ ਹੋਇਆ ਜੀ ਉਹਨੂੰ ਵਿੱਚ ਸ਼ਾਇਦ ਆਵਾਜ਼ ਵੀ ਆ ਰਹੀ ਹੋਏਗੀ ਅਤੇ ਹੁਣ ਮੈਂ ਤੁਹਾਨੂੰ ਅੰਦਰ ਦਾ ਸਨੈਰੀਓ ਦੱਸਦਾ ਕਿ ਘਰ ਦੇ ਵਿੱਚ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਅੰਦਰ ਆ ਕੇ ਪਤਾ ਲੱਗੇਗਾ ਉਦੋਂ ਲੇਡੀਜ਼ ਐਂਡ ਜੈਂਟਲਮੈਨਸ ਓ ਮਾਈ ਗੋਡ ਟੇਸਟ ਕਰਾ ਰਹੀ ਹੈ ਮੰਮੀ ਮੰਮੀ ਮਨਜੀਤ ਕੌਰ ਨੂੰ ਟੇਸਟ ਕਰਾ ਰਹੀ ਹੈ ਕਿ ਇਜ਼ ਦਿਸ ਗੁੱਡ ਔਰ ਨੋਟ ਕੈਨ ਸੈਮਨ ਟੈਲ ਮੀ ਕਿ ਆਪਣੇ ਮੈਨਿਊ ਦੇ ਵਿੱਚ ਕੀ ਹੈ ਓ ਵਾਓ ਮੰਮਾ ਜੀ ਗੋਭੀ ਗੋਭੀ ਪਿਆਜ਼ ਪਿਆਜ਼ ਹਰੀ ਮਿਰਚ ਸਾਨੂੰ ਮੰਮਾ ਨੇ ਕਿਹਾ ਕਿ ਸਾਨੂੰ ਬੜੀ ਤਸੱਲੀ ਹੋਈ ਪੂਰਾ ਰੌਲਾ ਰੌਲਾ ਪਵਾ ਕੇ ਉਹਨਾਂ ਨੂੰ ਪਰੌਂਠੇ ਪੂੜੇ ਖਿਲਾ ਕੇ ਭੇਜਿਆ ਚੰਗੀ ਤਰ੍ਹਾਂ ਬ੍ਰੇਕਫਾਸਟ ਕਰਕੇ ਗਏ ਨੇ ਹੁਣ ਸਾਨੂੰ ਤਸੱਲੀ ਉਸ ਚੀਜ਼ ਦੀ ਸਾਨੂੰ ਕਿਹਾ ਸਾਨੂੰ ਬਹੁਤ ਭੁੱਖ ਲੱਗੀ ਹੋਈ ਆ ਮਨਮੀਤ ਕੌਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਗੋਭੀ ਕੱਦੂਕਸ ਕਰ ਰਹੇ ਹੋ ਓਕੇ ਸੋ ਸਾਰੇ ਬੰਦੇ ਆਪਣੀ ਆਪਣੀ ਜ਼ਿੰਮੇਵਾਰੀ ਸਾਂਭੀ ਹੋਈ ਹੈ ਜੀ ਤੇ ਸ਼ਾਨਾ ਲੁੱਕ ਰਿਹਾ ਪਾਪਾ ਨੇ ਬੜੀ ਸਹੀ ਗੱਲ ਦੱਸੀ ਹੁਣੇ ਨਾ ਮੈਂ ਪਾਪਾ ਨਾਲ ਗੱਲ ਕਰ ਰਹੀ ਸੀ ਨਾ ਮੇਰਾ ਵੋਲਿਊਮ ਜਿਵੇਂ ਥੋੜਾ ਲਾਊਡ ਹੈ ਨਾ ਤਾਂ ਪਾਪਾ ਕਹਿੰਦੇ ਕਿ ਜਦੋਂ ਤੁਸੀਂ ਨਵੇਂ ਵਿਆਹ ਕੇ ਆਏ ਤਾਂ ਅਸੀਂ ਨਾ ਹੌਲੀ ਹੌਲੀ ਬੋਲਣਾ ਦੋਨਾਂ ਜਣਿਆਂ ਨੇ ਮੰਮਾ ਪਾਪਾ ਨੇ ਕਿ ਨਵੀਂ ਬਹੂ ਨੂੰ ਇਹ ਨਾ ਲੱਗੇ ਕਿ ਕਿੰਨਾ ਉੱਚੀ ਬੋਲਦੇ ਨੇ ਮੈਂ ਕਿਹਾ ਫਿਰ ਤੁਹਾਨੂੰ ਪਤਾ ਚੱਲਿਆ ਤਾਂ ਬਹੂ ਵੀ ਬਹੁਤ ਉੱਚੀ ਬੋਲਦੀ ਤੁਸੀਂ ਘਰਦਿਆਂ ਨਾਲ ਦਿਲ ਲਾ ਕੇ ਰੱਖਦੇ ਹੋ ਹੋਰ ਮੀਤ ਕੌਰ ਜੀ ਤੁਸੀਂ ਨਾ ਜਾਇਆ ਕਰੋ ਪਾਪਾ ਤੁਹਾਨੂੰ ਇੰਡਾਇਰੈਕਟਲੀ ਕਹਿ ਰਹੇ ਅੱਜ ਮੰਮਾ ਡਿਫੈਂਸਿਵ ਹੋਏ ਹੋਏ ਹਰ ਗੱਲ ਵਿੱਚ ਲੌਜੀਕਲ ਪ੍ਰੈਕਟੀਕਲ ਚੱਲ ਰਹੇ ਨੇ ਪਾਪਾ ਮੰਮੀ ਮੰਮੀ ਕਹਿੰਦੇ ਨਹੀਂ ਯਾਰ ਪਤਾ ਨਾ ਕਿਹੜੀ ਚੀਜ਼ ਦੀ ਕੀ ਰਿਕੁਆਇਰਮੈਂਟ ਆ ਇੱਕ ਵਾਰ ਬਾਕੀ ਨੰਬਰ ਬਣਾਉਣਾ
ਹਜੇ ਤੱਕ ਸੁੱਤਾ ਹੀ ਪਿਆ। ਦੋਸਤੋ ਮੈਂ ਨਾ ਫੋਨ ਕਰਕੇ ਨਹੀਂ ਗਿਆ, ਉਹ ਹਲੇ ਕਿਸੇ ਦੇ ਘਰੇ ਗਿਆ ਹੋਇਆ ਮੁੰਡਾ, ਇਹਦੇ ਘਰ ਗੱਡੀ ਖੜਾਈ ਆਪਾਂ। ਦੋਸਤੋ ਟਾਈਮ ਹੋਇਆ ਜੀ 4-5 ਵਜੇ ਨੇ, ਪਾਪਾ ਸੇਕ ਰਹੇ ਨੇ, ਅੱਗ ਲਾ ਕੇ ਸੇਕ ਰਹੇ ਨੇ। ਔਰ ਵਾਕਈ ਯਾਰ ਡੈਡੀ ਮੌਸਮ ਵੈਸੇ ਖਤਰਨਾਕ ਹੁੰਦਾ ਜਾਂਦਾ, ਦੋ ਤਿੰਨ ਦਿਨ ਤੋਂ ਬਹੁਤ ਹੀ ਜ਼ਿਆਦਾ ਠੰਡ। ਮੈਨੂੰ ਹੁਣੇ ਮੈਸੇਜ ਆਇਆ ਤਾ, ਕਹਿੰਦੇ ਵੀ ਆਹ ਅੱਜ ਜਿਹੜੀ 22 ਤਰੀਕ ਨੂੰ, 22 ਤਰੀਕ ਦਾ ਮੈਸੇਜ ਆਇਆ ਜਿਹੜੀ, ਅੱਜ ਤਾਂ ਨਹੀਂ ਹੈਗੀ ਬਾਈ, ਨਾ ਬਾਈ ਪਰਸੋਂ, 22 ਤਰੀਕ ਦਾ ਮੈਸੇਜ ਇਹ ਆਇਆ ਕਿ ਉਸ ਦਿਨ ਨਹੀਂ, ਅੱਜ ਤਾਂ ਜਿਹੜੀ 20 ਤਰੀਕ ਹੈ, ਅੱਜ 21 ਹੈ ਮੈਂ ਕਹਿੰਦਾ, ਹੈਂ ਹਾਂ, ਉਹ ਕਹਿੰਦੇ 22 ਤਰੀਕ ਨੂੰ ਮਤਲਬ ਕਿ ਬਹੁਤ ਜ਼ਿਆਦਾ ਠੰਡ ਹੋਊਗੀ, ਬਹੁਤ ਜ਼ਿਆਦਾ, ਤਾਂ ਅੰਦਰ ਰਹੋ ਅਤੇ ਫੋਗ ਦੇ ਵਿੱਚ ਨਾ ਨਿਕਲੋ, ਕਿ ਪੂਰੇ ਚਾਂਸਿਸ ਨੇ ਕਿ ਵੀ ਪੂਰੀ ਬਹੁਤ ਜ਼ਿਆਦਾ ਠੰਡ ਹੋਣ ਵਾਲੀ ਆ, ਸਟੀਮ ਲੈਵਲ 'ਤੇ, ਸਟੀਮ ਲੈਵਲ 'ਤੇ ਫੋਗ ਪੈਣ ਵਾਲੀ ਆ 22 ਤਰੀਕ ਦੀ। ਹਾਂ ਮੈਸੇਜ ਆਉਂਦਾ ਨਾ ਜਿਹੜਾ, ਉਹ ਆਪਣਾ ਉਹ ਅਵੇਅਰ ਕਰਦੇ ਨੇ ਤਾਂ ਕਰਕੇ ਹੋ ਸਕਦਾ ਅਯੁੱਧਿਆ ਮੰਦਰ 'ਚ, ਜਿਹੜਾ ਉੱਧਰ ਮੰਦਰ ਚੱਲ ਰਿਹਾ ਨਾ ਅਯੁੱਧਿਆ 'ਚ, ਉਹਦੇ ਕਰਕੇ ਵੀ, ਉਹਦੇ ਕਰਕੇ ਧੁੰਦ ਪੈ ਗਈ ਹੈ, ਉਹਦੇ ਕਰਕੇ ਠੰਡ, ਮੋਦੀ ਨਾਲ ਸੁਣਦੋ ਬਹੁਤ। ਸੋ ਦੇਖਦੇ ਹਾਂ ਦੋਸਤੋ ਅਮੀਤ ਕੌਰ ਜੀ ਕੀ ਕਰਦੇ ਆ ਇਸ ਟਾਈਮ। ਵਾਹਿਗੁਰੂ ਅਮੀਤ ਕੌਰ ਜੀ, ਵੇਅਰ ਆਰ ਯੂ ਓ ਮਾਈ ਗੋਡ ਅਮੀਤ ਕੌਰ ਜੀ, ਤੁਸੀਂ ਕਿਸੇ ਦੀ ਸ਼ੁਰੂਆਤ ਲੱਗੋ ਕਰਨੀ। ਮੈਂ ਪਾਪਾ ਨੂੰ ਪੁੱਛਿਆ, ਸੋਨੂੰ ਬਹੁਤ ਇੰਟਰਸਟਿੰਗ ਗੱਲ ਹੈ, ਮੈਂ ਪਾਪਾ ਨੂੰ ਪੁੱਛਿਆ ਪਾਪਾ ਨੂੰ ਭੁੱਖ ਲੱਗੀ, ਪਾਪਾ ਕਹਿੰਦੇ ਤੁਹਾਨੂੰ ਲੱਗੀ, ਐਕਚੁਲੀ ਮੰਮਾ ਹੈ ਨਹੀਂ, ਸਾਰਿਆਂ ਨੂੰ ਇਹ ਦੱਸਦਾ ਮੰਮਾ ਹੈ ਨਹੀਂ, ਮੰਮਾ ਗਏ ਆ ਸ਼ਰਨਵੀਰ ਜੀ ਨਾਲ, ਮੈਂ ਪਾਪਾ ਨੂੰ ਜਵਾਬ ਭੁੱਖ ਲੱਗੀ ਆ, ਪਾਪਾ ਨੂੰ ਤੁਹਾਨੂੰ ਲੱਗੀ, ਮੈਂ ਕਿਹਾ ਤੁਸੀਂ ਦੱਸੋ ਤੁਹਾਨੂੰ ਲੱਗੀ, ਕਹਿੰਦਾ ਤੁਹਾਨੂੰ ਲੱਗੀ, ਕਹਿੰਦਾ ਜੀ ਤੁਹਾਨੂੰ ਲੱਗੀ, ਫੇਰ ਮੈਨੂੰ ਲੱਗੀ, ਨਹੀਂ ਮੈਨੂੰ ਲੱਗੀ, ਤੇ ਮੈਨੂੰ ਪਤਾ ਚੱਲ ਗਿਆ ਕਿ ਭੁੱਖ ਤਾਂ ਲੱਗੀ ਹੈ, ਭੁੱਖ ਤਾਂ ਲੱਗੀ ਹੈ। ਆਪਾਂ ਸੋਚਿਆ ਕਿ ਸਾਡੇ ਕੋਲ ਮਸ਼ਰੂਮ ਹੈ, ਸਾਡੇ ਕੋਲ ਬ੍ਰੈਡ ਹੈ, ਇੱਕ ਨਵੀਂ ਰੈਸਿਪੀ ਟਰਾਈ ਕੀਤੀ ਜਾਏ, ਮਸ਼ਰੂਮ ਸੈਂਡਵਿਚ ਦੀ, ਜਿਵੇਂ ਮਸ਼ਰੂਮ ਚੀਜ਼ ਸੈਂਡਵਿਚ ਹੁੰਦੇ ਆ, ਨਵੀਂ ਰੈਸਿਪੀ ਨਹੀਂ ਬਣਾਉਂਦੇ ਆ, ਪਿਆਜ ਨੂੰ ਆਊਟ ਕਰਤਾ ਤੁਸੀਂ ਨੇ ਕੈਚ ਕਰਕੇ, ਪਿਆਜ, ਮਸ਼ਰੂਮ, ਪਨੀਰ ਨਹੀਂ, ਟਮੈਟੋ ਤੇ ਕੈਪਸੀਕਮ, ਇਹਦਾ ਕੰਬੀਨੇਸ਼ਨ ਬਣਾ ਕੇ ਕੁਛ ਫਿਰ ਆਪਾਂ ਸੈਂਡਵਿਚ ਬਣਾਉਂਦੇ ਹਾਂ, ਥੋੜੀ ਜਿਹੀ ਕਰੀਮ ਐਡ ਕਰ ਦਾਂਗੇ,
ਤੇ ਛੋਟੀ ਜਿਹੀ ਟਿਪ ਦੱਸੋ, ਤੁਹਾਨੂੰ ਪਤਾ ਹੈ ਕਿ ਨਹੀਂ ਬਟ ਮੈਨੂੰ ਇੱਦਾਂ ਜ਼ਿਆਦਾ ਸਵਾਦ ਲੱਗਦੀ ਕਿ ਜਦੋਂ ਤੁਸੀਂ ਮਸ਼ਰੂਮ ਕੱਟੋ ਨਾ ਉਸ ਤੋਂ ਬਾਅਦ ਨਾ ਉਹਦੇ ਚੋਂ ਪਾਣੀ ਕੱਢ ਲਓ ਸਾਰਾ। ਹੁਣ ਦੇਖੋ ਇਹ ਕਿੰਨਾ ਸ਼ਰੀਫ ਬਿਹੇਵ ਕਰ ਰਿਹਾ ਨਾ, ਜਿਵੇਂ ਇਹਨਾਂ 'ਚ ਕੋਈ ਪਾਣੀ ਨਹੀਂ ਹੈ। ਅਚਾਨਕ ਹੁਣ ਦੇਖੋਗੇ ਪਾਣੀ ਆਊਗਾ, ਥੋੜੀ ਦੇਰ ਬਾਅਦ ਦੇਖੋਗੇ ਤਾਂ ਸਾਰਾ ਭਰਿਆ ਹੋਏਗਾ। ਐਂਡ ਮਸ਼ਰੂਮ, ਪਹਿਲਾਂ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਮਸ਼ਰੂਮ ਜਿਹੜੇ ਆਪਾਂ ਬਾਹਰ ਖਾਂਦੇ ਹਾਂ ਉਹ ਡਿਫਰੈਂਟ ਕਿਉਂ ਹੁੰਦੇ ਆ ਕਿ ਜੋ ਆਪਾਂ ਘਰ ਖਾਂਦੇ ਹਾਂ ਉਹਦੇ ਨਾਲ, ਕਿਉਂਕਿ ਉਹ ਇੱਦਾਂ ਗ੍ਰਿਲ ਕਰ ਦਿੱਤੇ ਜਾਂਦੇ ਤੇ ਪਾਣੀ ਕੱਢ ਦਿੱਤਾ ਜਾਂਦਾ, ਫਿਰ ਜਿਹੜਾ ਅਸਲੀ ਮਸ਼ਰੂਮ ਦਾ ਟੇਸਟ ਆਉਂਦਾ ਨਾ ਉਹ ਬਹੁਤ ਸਵਾਦ ਬਹੁਤ ਸਵਾਦ। ਸੋ ਅੱਜ ਕੁਝ ਡਿਫਰੈਂਟ ਮਿਲੇਗਾ ਸਾਨੂੰ, ਤੁਸੀਂ ਇਹ ਕਰ ਰਹੇ ਹੋ। ਯੈਸ, ਔਰ ਤੁਸੀਂ ਕੰਮ ਕਰੋਗੇ ਇੱਕ ਹੋਰ। ਯੈਸ, ਤੁਸੀਂ ਕਾਫੀ ਬਣਾਓਗੇ। ਇਹਦਾ ਪਹਿਲੇ ਮੈਂ ਨਹੀਂ ਕੰਮ ਕਰ ਰਹੀ ਕਿਉਂਕਿ ਮੈਂ ਮੇਕ ਸ਼ੋਰ ਕਰਦੀ ਹਾਂ ਕਿ ਜਦੋਂ ਮੈਂ ਕੰਮ ਕਰਾਂ ਤਾਂ ਜਾਨ ਜੀ ਮੇਰੇ ਇਨ ਅਰਾਊਂਡ ਰਹਿਣ, ਮਤਲਬ ਨਹੀਂ ਤਾਂ ਆਵਾਜ਼ਾਂ ਵੱਜਦੀਆਂ ਰਹਿੰਦੀਆਂ ਨੇ। ਸੋ ਮੈਂ ਬਣਾਉਂਗੀ ਜੀ ਸੈਂਡਵਿਚਸ ਐਂਡ ਜਾਨ ਜੀ ਬਣਾਉਣਗੇ ਕਾਫੀ। ਤੁਹਾਨੂੰ ਸਾਥੀ ਸਭ ਤੋਂ ਪਹਿਲਾਂ ਕੰਮ ਕੀ ਹੈ, ਆਪਣੇ ਸਵਾਦ ਅਨੁਸਾਰ ਪਾਓ ਕਾਫੀ। ਮੈਂ ਹੁਣ ਸਾਰਿਆਂ ਨੂੰ ਦੋ ਦੋ ਕੱਪ ਪਾ ਰਿਹਾ। ਸੋ ਗਾਇਸ, ਨੈਕਸਟ ਸਟੈਪ ਕੀ ਹੁੰਦਾ ਕਿ ਮੈਂ ਇਹਦੇ ਵਿੱਚ ਦੇਖੋ ਥੋੜ੍ਹਾ ਥੋੜ੍ਹਾ ਪਾਣੀ ਪਾਤਾ, ਪਾਣੀ ਤਾਂ ਥੋੜ੍ਹੀ ਥੋੜ੍ਹੀ ਚੀਨੀ ਪਾਈ ਆ, ਹੁਣ ਇਹਨੂੰ ਮੈਂ ਇੱਦਾਂ ਘੁਮਾ ਕੇ ਰੰਗ ਬਦਲ ਦਿੰਦਾ। ਠੰਡ ਨਾਲ ਸੁਕੜ ਰਹੇ ਗਰਮ ਹੋ ਕੇ ਸੁਕੜ ਗਏ, ਪਾਣੀ ਪਾਣੀ ਨਾਲ ਫੁੱਲੇ ਹੋਏ ਸੀ। ਸਾਨੂੰ ਵੀ ਲੱਗਦਾ ਹੁੰਦਾ ਕਿ ਉਹ ਕਿੰਨੇ ਮਸ਼ਰੂਮ ਪਏ ਆਪਣੇ ਕੋਲ। ਅੱਛਾ ਬਣੇਗਾ ਯਾਰ, ਨੀਤ ਨਾਲ ਬਣਾਇਆ ਨਾ ਫਿਰ ਅੱਛਾ ਹੀ ਬਣਦਾ। ਅਸਲੀ ਰਿਐਕਸ਼ਨ ਦੇਖਿਓ ਆਪਾਂ ਪਾਪਾ ਦਾ, ਪਾਪਾ ਦੇ ਮੋਸਟ ਕਾਮਨ ਰਿਐਕਸ਼ਨ। ਨੀਤ ਨੇ ਨੀਤ ਨਾਲ ਬਣਾਇਆ ਤਾਂ ਅੱਛਾ ਹੀ ਲੱਗੇਗਾ। ਨੀਤ ਨੇ ਨੀਤ ਨਾਲ ਬਣਾਇਆ, ਔਰ ਸੁਣੋ ਸਾਡੇ ਪਾਪਾ ਦਾ ਵੀ ਕਾਮਨ ਰਿਐਕਸ਼ਨ ਹੈ ਕਿ ਉਹ ਵਾਓ ਨਹੀਂ ਸੁਣੇ। ਆ ਮੈਂ ਇਧਰੋਂ ਕੱਟ ਰਿਹਾ। ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ ਜੀ। ਪਾਪਾ ਦਾ ਨਾ ਕਾਮਨ ਰਿਐਕਸ਼ਨ ਹੈ ਉਹ ਵਾਓ, ਅੱਜ ਦੇਖ ਲਓ ਹੁਣ ਅੰਦਰ ਜੇ ਉਹੀ ਆਇਆ ਮਤਲਬ ਪਾਪਾ ਦਾ ਨਾਰਮਲ ਹੈ। ਅਗਰ ਇਸ ਤੋਂ ਜ਼ਿਆਦਾ ਕੁਝ ਕਿਹਾ ਨਮਕ ਸਵਾਦ ਅਨੁਸਾਰ ਤੇ ਮਿਰਚਾਂ ਵੀ ਸਵਾਦ ਅਨੁਸਾਰ ਹੀ ਹੈ। ਵਾਪਸ ਤਾਂ ਜ਼ਿਆਦਾ ਨਹੀਂ ਕੁਛ ਪਾਉਂਦੇ ਹਨ ਨਾ, ਜਸਟ ਨਮਕ ਐਂਡ ਕਾਲੀ ਮਿਰਚ। ਇਹ ਥੋੜ੍ਹੀ ਜ਼ਿਆਦਾ ਪਾਵਾਂਗੇ, ਸਭ ਕੁਛ ਰੈਡੀ ਆ, ਐਵਰੀਥਿੰਗ ਬਹੁਤ ਅਮੀਰ ਆ ਅਸੀਂ, ਚੱਕ ਲੈਂਦਾ ਸਾਰਾ ਕੁਛ। ਸਮਿਤ ਕਾਜੀ ਕਰੋ ਹੁਣ ਸਟਾਰਟ ਇਹਨਾਂ। ਯੈਸ, ਕਿਉਂ ਗਲਾ ਲਿਆ? ਯੈਸ, ਹੱਥ ਨਾਲ ਜਲਾ ਨਹੀਂ ਹੋਏ ਸੂਰਮੇ ਆ, ਚੱਲ ਗੋ ਯੂਅਰ ਡੈਸਟੀਨੇਸ਼ਨ, ਗੋ ਟੂ ਯੋਰ, ਹਾਂ ਗੋ ਟੂ ਯੋਰ ਡੈਸਟੀਨੇਸ਼ਨ। ਆ ਲਓ ਜੀ, ਆ ਲਓ ਜੀ, ਤੇ ਮੈਂ ਤਾਂ ਇਹ ਐਨੇ ਨਹੀਂ ਮੈਂ ਇਸ ਤੇ ਲੱਗ ਤਾਂ, ਹਾਂ ਲੱਗ ਗਿਆ ਉਹ ਕਰ ਰਿਹਾ।
ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਕੋਈ ਚੀਜ਼ ਦੱਸਦੀ ਹਾਂ, ਰੋਜ਼ਾਨੀ ਇੰਗਲਿਸ਼ ਬੋਲਦੇ ਆ ਨਾ, ਇਹ ਆਪਣੇ ਫੀਅਰ ਨੂੰ ਓਵਰਕਮ ਦਾ ਕਰਨ ਦਾ ਬਹੁਤ ਵਧੀਆ ਤਰੀਕਾ ਹੈ। ਅਗਰ ਤੁਹਾਨੂੰ ਲੱਗਦਾ ਤੁਹਾਨੂੰ ਇੰਗਲਿਸ਼ ਇੰਨੇ ਅੱਛੇ ਤਰੀਕੇ ਨਾਲ ਨਹੀਂ ਆਉਂਦੀ, ਬਟ ਯੂ ਸ਼ੁੱਡ ਸਟਾਰਟ ਸਪੀਕਿੰਗ ਇਟ, ਤਾਂ ਅਗਰ ਤੁਸੀਂ ਗਲਤ ਵੀ ਬੋਲੋਗੇ ਥੋੜ੍ਹਾ ਜਿਹਾ ਇਹ ਵੀ ਕਰੋਗੇ ਤਾਂ ਤੁਹਾਡੀ। ਔਰ ਇੱਧਰ ਦੁੱਧ ਆ ਗਿਆ ਹੈ, ਗੱਲ ਕਰਦੇ ਕਰਦੇ ਚੱਕ ਲਿਆ ਹੈ, ਇਹ ਦੁੱਧ ਨੂੰ ਅੰਗੀ ਬਾਲੀ, ਦੁੱਧ ਨੂੰ ਕਰਿਆ ਬੰਦ। ਤੁਸੀਂ ਦਿਮਾਗ ਇਹ ਮੈਂ ਕੀ ਦੇਖ ਲਿਆ, ਇਹ ਮੈਂ ਕੀ ਦੇਖ ਲਿਆ, ਸਲੋ ਸਮਾਲ ਸਮਾਲ ਟੇਬਲਸ ਇੱਥੇ ਰੱਖ ਲੈਣਾ। ਜਿਹੜੀ ਕਾਫੀ ਹੈ ਨਾ ਉਹ ਵੀ ਸਪੈਸ਼ਲ ਹੈ, ਉਹ ਹੈ ਦਾਲਚੀਨੀ ਵਾਲੀ ਕਾਫੀ। ਆਈ ਥਿੰਕ ਹਾਂ ਇਹ ਮੇਰੀ ਹੈ, ਦਿਸ ਇਜ਼ ਮਾਈ ਕਾਫੀ। ਪਹਿਲਾਂ ਡੈਡੀ ਤੇ ਟੇਸਟ ਕਰਨ ਦੋ। ਮੀਤ ਕੌਰ ਜੀ ਪਹਿਲਾਂ ਨਾਲੋਂ ਵੀ ਸਵਾਦ ਨੇ, ਪਾਪਾ ਦਾ ਰਿਐਕਸ਼ਨ ਇਹ ਕਹਿ ਰਿਹਾ ਹੈ। ਡੈਡੀ ਇਹ ਮਸ਼ਰੂਮ ਨਾਲ ਮਿਕਸ ਕਰਤਾ ਆਪਾਂ ਨੇ ਸਾਰਾ ਕੁਛ। ਸਸੁਰ ਜੀ ਦਾ ਰਿਐਕਸ਼ਨ ਆ ਚੁੱਕਾ ਹੈ, ਪਤੀ ਜੀ ਦਾ ਨਾ ਬਾਕੀ ਹੈ। ਸਵਾਦ ਹੈ ਨਾ, ਮੈਨੂੰ ਵੀ ਅੱਛਾ ਲੱਗਿਆ। ਮੈਂ ਇਸ ਲਈ ਬੋਲ ਰਹੀ ਹਾਂ ਸਵਾਦ ਹੈ ਕਿਉਂਕਿ ਮੈਂ ਇੱਕ ਬੈਡ ਖੁਦ ਲੈ ਲਈ ਹੈ। ਬਾਬਾ ਗੁਰਦਿੱਤਾ ਜੀ ਚਲ ਜਾਂਗੇ, ਹੈ ਨਾ, ਚਲੋ।